ਅੱਜ ਫਰਾਈ ਅੰਡੇ ਹੈਗੇ ਨੇ ਨਾਲ ਆਲੂ ਭੁਲੇ ਅਤੇ ਪਿਆਜ਼ ਨਾਲ ਗੱਬ ਰੋਟੀ ਅਤੇ ਕਾਸੇ ਆ ਜਾਣਗੇ ਇਸ ਤੋਂ ਬਾਅਦ ਨਾਸ਼ਤਾ ਆ ਗਿਆ ਪੌਲੀ ਸਾਈਡ ਲੱਗੇ ਹੋਏ ਸੀ ਰੋਟੀਆਂ ਅਤੇ ਮਸਰ ਉਹ ਅਸੀਂ ਲਏ ਨਹੀਂ ਉਹ ਨਾਸ਼ਤਾ ਸੀ ਜਿਹੜਾ ਮੁੰਡਾ ਖਾਣ ਦਿਆ ਅਸੀਂ ਇੱਧਰ ਲੱਗ ਗਏ ਉਹ ਵੀ ਟਾਈਮ ਸਿਰ ਮਿਲ ਗਏ ਅਤੇ ਕਹਿੰਦੇ ਪੈਸੇ ਖਤਮ ਹੋ ਗਏ ਟਾਈਮ ਅਤੇ ਸਾਨੂੰ ਪਰਚੀ ਮਿਲੀ ਹੈ 5 ਮਈ ਦੀ ਅਸੀਂ ਲੱਗਿਆ ਮਸਰੀ ਵਾਲੀ ਲਾਈਨ ਦੇ ਵਿੱਚ ਘਰ ਬਹੁਤ ਟਾਈਮ ਸਿਰ ਆ ਕੇ ਉਹਨਾਂ ਦੇ ਪਿੱਛੇ ਲੈਣ ਬਹੁਤ ਲੋਕ ਵੀ ਜਾਣਦੇ ਹੀ ਹੈ ਇੱਧਰ ਵੀ ਉਹ ਪਰਲੀ ਲਾਈਨ ਵੱਖਰੀ ਨਜ਼ਰ ਆਉਂਦੀ ਜੀ ਤੀਸਰੀ ਲਾਈਨ ਜਾ ਰਹੀ ਅਜੇ ਰਿਮੂਵ ਹੋ ਕੇ ਜਾਂਦੀ 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 ਉਹ ਪਿੱਛੇ ਜਿਹੜੇ ਅਸੀਂ ਲਾਈਨ 'ਚ ਲੱਗੇ ਹੋਏ ਹਾਂ ਉੱਧਰ ਰੋਟੀ ਮਿਲਣੀ ਹੈ ਵਾਲੀ ਜਿਹੜੀ ਦੂਸਰੇ ਦੋ ਲਾਈਨਾਂ ਲੱਗੀਆਂ ਨੇ ਪਿਛਲੀਆਂ ਵਾਲੀਆਂ ਉੱਧਰ ਲੱਗੀ ਇਹ ਵਾਲੀ ਲਾਈਨ ਇੱਧਰ ਦਾ ਖਾਣਾ ਹੈਗਾ ਇਹ ਹੈਗਾ ਬੰਗਾਲੀਆਂ ਦਾ ਇਹ ਹੈਗਾ ਜਾਂ ਮਸਲੀਆਂ ਦਾ ਠੀਕ ਹੈ ਉਸ ਤੋਂ ਇਲਾਵਾ ਜਿਹੜਾ ਕੁਛ ਵੀ ਨਹੀਂ ਹੈਗਾ ਇਸ ਤੋਂ ਇਲਾਵਾ ਬਾਕੀ ਖਾਣਾ ਤੁਹਾਨੂੰ ਦੂਸਰਾ ਪਾ ਕੇ ਦੇ ਰਹੇ ਤੁਹਾਨੂੰ ਤਾਂ ਸਮਾਨ ਲੋਕ ਲੈ ਕੇ ਜਾਂਦੇ ਨੇ ਜਮ੍ਹਾਂ ਕਰਵਾਉਂਦੇ ਨੇ ਕੁਛ ਹੈ ਤੁਹਾਡੇ ਵਰਗੇ ਇੱਥੇ ਖਲੋਤੇ ਹੋਏ ਨੇ ਕਹਿੰਦੇ ਪਾਈ ਜਾਣ 'ਤੇ ਜਾਵਾਂਗੇ ਅਤੇ ਕੁਛ ਉਹ ਮੂੰਹ ਚੁੱਕ ਕੇ ਖਲੋਤੇ ਹੋਏ ਨੇ 6 ਖਲੋਤੇ ਨੇ ਇੱਧਰ ਵੇਖੋ ਇੱਕ ਬੰਦਾ ਸਮਾਨ ਜਮ੍ਹਾਂ ਕਰਾਵਾ ਦੂਜੇ ਦੀ ਵਾਰੀ ਹੈ ਨਹੀਂ ਕੁਰਬਲ ਕੁਰਬਲ ਪਾਈ ਛੁੱਟੀ ਹੋ ਗਈ ਜੇ ਅਤੇ ਚੰਗਾ ਪਲੱਸ ਵਜੇ ਦਿਨ ਤਿਉਹਾਰ ਅਤੇ ਉਸ ਤੋਂ ਇਲਾਵਾ ਛੁੱਟੀ ਹੋ ਗਈ ਅਤੇ ਖਾਣਾ ਸਾਨੂੰ ਇੱਥੇ ਹੀ ਮਿਲਣਾ ਪਿਆ ਸ਼ਾਮ ਦਾ ਵੀ ਹੁਣ ਚੱਲੀਏ ਤੁਹਾਨੂੰ ਕੰਟੀਨ 'ਚ ਵਹਾਈਏ ਬਈ ਉਹ ਖੈਰ ਇੱਥੇ ਵੀ ਦੁਪਹਿਰ ਵਾਲਾ ਹਿਸਾਬ ਹੀ ਅੱਜ ਵੀ ਦੁਪਹਿਰ ਵਾਲਾ ਹਿਸਾਬ ਹੀ ਹੈ ਬਾਬਾ ਜੀ ਲੈਣ ਅੱਜ ਛੋਟੀ ਹੈ ਹੁਣ ਤੁਹਾਨੂੰ ਬਹਾਨੇ 'ਚ ਕੀ ਮਿਲਦਾ ਪਿਆ ਅੱਜ ਤਾਂ ਲੱਗਦਾ ਜਿਵੇਂ ਵੱਡਾ ਪੱਕਿਆ ਹੋਵੇ ਮਸਰ ਮਸਰ ਚੌਲ ਤਾਂ ਆਮ ਹੀ ਹੈਗੇ ਨਾਲ ਵੱਡਾ ਪੱਕਿਆ ਨਾਲ ਚਾਵਲ ਦੇ ਸੁਬਸ ਹੈਗੇ ਨੇ ਇਹ ਜੇ ਮੈਂ ਨਹੀਂ ਹੋ ਅੱਜ ਦਾ ਇੱਧਰ ਵੇਖੋ ਜੀ ਹਾਂਜੀ ਇਹੀ ਹੈ ਉਹ ਜਿਸ ਕੋਲ ਖਾਣਾ ਲੱਗਦਾ ਨਹੀਂ ਆਉਂਦੇ ਰਹੇ ਮੈਂ ਨਜ਼ਰ ਨਹੀਂ ਆਉਂਦੇ ਖਲੋਤੇ ਨੇ ਸੱਚ ਕ੍ਰਿਕਟ ਤਿਆਰੀ ਕਰਨ ਦੇ ਹੋਰ ਕੋਈ ਵੀ ਨਹੀਂ ਆਦਰ ਆ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆਵਾਮ ਸਾਰੀ ਸੌ ਗਈ ਜੀ ਬੱਤੀਆਂ ਬੰਦ ਇੱਧਰ ਵੀ ਖਾਲੀ ਇੱਧਰ ਵੀ ਖਾਲੀ ਹੁਣ ਤੁਹਾਨੂੰ ਉੱਥੇ ਦਾ ਨਜ਼ਾਰਾ ਵਿਖਾਉਂਦੇ ਹਾਂ ਰਾਤ 12 ਵੱਜਦੇ ਪਏ ਨੇ ਸਾਰੇ ਸੁੱਤੇ ਪਏ ਹੁਣ ਅੱਗੇ ਚੱਲਦੇ ਹਾਂ ਤੁਹਾਨੂੰ ਖਾਣੇ ਇੱਧਰ ਵੀ ਕੋਈ ਨਹੀਂ ਦੂਸਰੀਆਂ ਪੌੜੀਆਂ ਆ ਗਈਆਂ ਉੱਤੇ ਜਾ ਰਹੀਆਂ ਹਰ ਪਾਸੇ ਸਨਾਟਾ